ਛੁੱਟੀ ਦੇ ਘਰੇ ਆਏ ਇੱਕ ਸਿੱਖ ਫੌਜੀ ਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸਨਸਨੀ ਫੈਲ ਗਈ ਹੈ। ਦਹਿਸ਼ਤ ਦਾ ਮਾਹੌਲ ਹੈ, ਪਿੰਡ ਦੇ ਲੋਕ ਡਰੇ ਹੋਏ ਨੇ। ਦਰਅਸਲ ਸਿੱਖ ਫੌਜੀ 2 ਮਹੀਨੇ ਪਹਿਲਾਂ ਹੀ ਆਪਣੇ ਘਰ ਛੁੱਟੀ ਤੇ ਆਇਆ ਸੀ ਤੇ 2 ਦਿਨ ਪਹਿਲਾਂ ਘਰੋਂ ਕਿਸੇ ਕੰਮ ਲਈ ਨਿਕਲਿਆ ਪਰ ਵਾਪਸ ਨਹੀਂ ਮੁੜਿਆ। ਪਰਿਵਾਰ ਦੇ ਵੱਲੋਂ ਬਥੇਰੀ ਭਾਲ ਕੀਤੀ ਗਈ ਪਰ ਜਦੋਂ ਪੁੱਤ ਵਾਪਸ ਨਾ ਮੁੜਿਆ ਤਾਂ ਫਿਰ ਮਾਪਿਆਂ ਨੇ ਪੁਲਿਸ ਤੱਕ ਪਹੁੰਚ ਕੀਤੀ ਤੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਫੌਜੀ ਦੀ ਤਲਾਸ਼ ਸ਼ੁਰੂ ਕੀਤੀ ਗਈ ਤਾਂ ਉਸ ਦੀ ਲਾਸ਼ ਪਿੰਡ ਦੇ ਵਿੱਚ ਹੀ ਖੇਤਾਂ ਦੇ ਵਿੱਚ ਪਈ ਮਿਲੀ ਹੈ। ਇੱਕ ਟੋਬੇ ਦੇ ਕੋਲ ਇਹ ਲਾਸ਼ ਪਈ ਹੋਈ ਸੀ, ਜਿਸ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੜ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਫੌਜੀ ਜਵਾਨ ਨੇ ਹਲੇ ਵਾਪਸ ਡਿਊਟੀ ਜੁਆਇਨ ਕਰਨੀ ਸੀ ਪਰ ਉਸ ਤੋਂ 2 ਦਿਨ ਪਹਿਲਾਂ ਹੀ ਇਸ ਦੀ ਲਾਸ਼ ਮਿਲੀ ਹੈ। ਸਿੱਖ ਫੌਜੀ ਨੌਜਵਾਨ ਗੁਰਪ੍ਰੀਤ ਸਿੰਘ, ਜੋ ਕਿ 5 ਸਾਲ ਪਹਿਲਾਂ 11 ਸਿੱਖ ਰੈਜੀਮੈਂਟ ਦੇ ਜਵਾਨ ਵਜੋਂ ਭਰਤੀ ਹੋਇਆ ਸੀ ਤੇ ਲਖਨਊ ਦੇ ਵਿੱਚ ਆਪਣੀ ਡਿਊਟੀ ਦੇ ਰਿਹਾ ਸੀ। 2 ਮਹੀਨੇ ਪਹਿਲਾਂ ਹੀ ਛੁੱਟੀ ਲੈ ਕੇ ਘਰ ਪਰਤਿਆ ਸੀ ਤੇ ਵਾਪਸ ਉਸਨੇ ਡਿਊਟੀ ਜੁਆਇਨ ਕਰਨੀ ਸੀ ਪਰ ਉਸ ਤੋਂ 2 ਦਿਨ ਪਹਿਲਾਂ ਹੀ ਉਹ ਲਾਪਤਾ ਹੋ ਗਿਆ ਤੇ ਹੁਣ ਉਸਦੀ ਲਾਸ਼ ਪਿੰਡ ਦੇ ਵਿੱਚ ਮਿਲੀ ਹੈ। ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਜਾਜਨ ਦਾ ਹੈ, ਜਿੱਥੇ ਇਹ ਫੌਜੀ ਨੌਜਵਾਨ ਆਪਣੇ ਘਰ ਆਇਆ ਸੀ, ਛੁੱਟੀ ਲੈ ਕੇ ਆਇਆ ਹੋਇਆ ਸੀ, ਪਰਿਵਾਰ ਨਾਲ ਸਮਾਂ ਬਤੀਤ ਕਰ ਰਿਹਾ ਸੀ, ਘਰੋਂ ਨਿਕਲਿਆ ਕੰਮ ਦੇ ਲਈ ਪਰ 2 ਦਿਨ ਵਾਪਸ ਨਹੀਂ ਮੁੜਿਆ ਤਾਂ ਫਿਰ ਇਸਦੀ ਪਿੰਡ ਦੇ ਵਿੱਚ ਹੀ ਲਾਸ਼ ਮਿਲੀ ਹੈ, ਉਹ ਵੀ ਭੇਦ ਭਰੇ ਹਾਲਾਤਾਂ 'ਚ। ਮਾਪਿਆਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ, ਉਹਨਾਂ ਦਾ ਰੋ ਰੋ ਬੁਰਾ ਹਾਲ ਹੈ। ਉਧਰ ਪੁਲਿਸ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਵਿੱਚ ਜੁਟੀ ਹੋਈ ਹੈ। ਇਹਦਾ ਨਾਮ ਗੁਰਪ੍ਰੀਤ ਸਿੰਘ ਆ ਜੀ, ਸਨ ਅਫਸਰ ਨਿਸ਼ਾਨ ਸਿੰਘ ਆ, ਪਿੰਡ ਦਾ ਮੰਗੇ ਖੁਰਦ। ਹਾਂਜੀ। ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਹੀਨੇ ਦੀ, 29 ਤਰੀਕ ਨੂੰ ਇਹਦੀ ਵਾਪਸੀ ਸੀਗੀ ਤੇ ਪਾਰਕ ਮੈਂਬਰਾਂ ਦੇ ਮੁਤਾਬਕ ਇਹ ਪਿੰਡ ਦਾ ਹੀ ਬੱਚਾ ਕੋਈ, ਇਹਨੂੰ ਨਾਲ ਲੈ ਕੇ ਆਇਆ ਕਿਤੇ ਬਾਹਰ ਤੇ ਉਹਨਾਂ ਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨ ਚਲੇ ਜਾਂਦੇ। 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ ਪਰ ਨਹੀਂ। ਫਿਰ 27 ਤਰੀਕ ਨੂੰ ਇਹਨਾਂ ਨੇ ਧਰਮਪੁਰ ਚੌਂਕੀ 'ਚ ਇਹਦੇ ਬਾਬਤ ਦਰਖਾਸਤ ਦਿੱਤੀ ਗਈ ਵੀ ਬੱਚਾ ਸਾਡਾ ਘਰ ਨਹੀਂ ਆਇਆ। ਪੜਤਾਲ ਕਰਨ ਦੇ ਬਾਵਜੂਦ ਵੀ 2 ਦਿਨ 3 ਦਿਨ ਲੱਭਦੇ ਰਹੇ ਪਰਿਵਾਰਕ ਮੈਂਬਰਾਂ 'ਚ ਵੀ, ਰਿਸ਼ਤੇਦਾਰੀਆਂ 'ਚ ਵੀ, ਇਹ ਬੱਚਾ ਨਹੀਂ ਮਿਲਿਆ। ਪਰ ਅੱਜ ਸਾਨੂੰ ਫਿਰ ਇਹ ਕਿ ਆਪੇ ਪਿੰਡ ਦੇ ਸਰਪੰਚ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੁਹਤਬਿਰ ਨੇ, ਉਹਨਾਂ ਨੇ ਇਹ ਸੋਚਿਆ ਵੀ ਚਲੋ ਕਿਉਂ ਨਾ ਆਪਣੇ ਲੈਵਲ ਤੇ ਵੀ ਆਪਾਂ ਇਹਨੂੰ ਪੜਤਾਲ ਕਰਕੇ ਵੇਖੀਏ। ਤੇ ਸੱਕੀ ਦੀ ਜਿਹੜੀ ਟੋਟਲੀ ਇਧਰ ਲਈ ਬਾਈ ਫਿਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ ਲਾਸ਼ ਆ ਇਹ ਫੁੱਲੀ ਹੋਈ, ਜਿਵੇਂ ਕਿ ਤੁਸੀਂ ਵੇਖਿਆ ਤੁਸੀਂ ਵਿਖਾਇਆ ਵੀ ਹੋਏਗਾ ਵੀ ਇਹ ਸਾਹਮਣੇ ਨਜ਼ਰ ਆਈ। ਇਹ ਮਾਮਲਾ ਕੀ ਆ, ਇਹ ਪ੍ਰਸ਼ਾਸਨ ਤੋਂ ਪੁੱਛੋ ਮੰਗ ਕਰਦੇ ਆ, ਇਹ ਮਾਮਲਾ ਕੀ ਹੋਇਆ, ਕਿੱਦਾਂ ਹੋਇਆ ਵਾ, ਇਹਦੀ ਜਿਹੜੀ ਆ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਸਰ ਕਿੰਨੀ ਕੁ ਉਮਰ ਸੀ ਇਹ ਬੱਚੇ ਦੀ? ਉਮਰ 25 ਲੱਖ ਹੈਗੀ ਸੀ। ਤੇ ਕਿੰਨੇ ਸਾਲ ਇਹਨੂੰ ਭਰਤੀ ਹੋਏ? ਇਹਨੂੰ 4 ਸਾਲ ਭਰਤੀ ਨੂੰ ਹੋ ਗਏ ਸੀ, 5ਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇੱਕ ਵਾਰਾ ਸੀਗਾ ਜੀ। ਹਾਂਜੀ। ਤੇ ਇਹਦੀ ਕੱਲ ਯਾਨੀ 29 ਜੂਨ ਦੀ ਵਾਪਸੀ ਸੀ? ਹਾਂਜੀ, 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ, ਸਾਰਾ ਕੁਝ ਬੈਗ ਵਗੈਰਾ ਪੈਕ ਕੀਤਾ ਵਾ, ਵਰਦੀ ਧੋਤੀ ਆਪਣੀ ਇਹਨੇ ਵੀ ਮੈਂ ਜਾਣ ਦੀ ਤਿਆਰੀ 'ਚ ਹਾਂ, ਪਰ ਪਤਾ ਨਹੀਂ ਕੁਦਰਤ ਵੱਲੋਂ ਕੀ ਇਹ ਭਾਣਾ ਵਾਪਰਨਾ ਸੀਗਾ ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ, ਇਸ ਬਾਰੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ। ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੇ ਨਾਲ ਪੂਰਨ ਇਨਸਾਫ ਹੋਣਾ ਚਾਹੀਦਾ, ਇਹ ਕਿਹੜੀ ਕਾਰਵਾਈ ਪਾਈ ਆ, ਕਿਹੜੇ ਨਾਲ ਗਏ ਨੇ ਜਾਂ ਕੀ ਪਲੈਨਿੰਗਸ ਨੇ, ਇਹਦੇ ਬਾਰੇ ਪੂਰਨ ਜਾਣ। ਸਰ ਇੱਕ ਪਿੰਡ ਸ਼ਾਹਪੁਰ ਜਾਜਾਂ ਸੱਕੀ ਨਾਲੇ 'ਚੋਂ ਇੱਕ ਫੌਜੀ ਜਵਾਨ ਦੀ ਡੈੱਡ ਬਾਡੀ ਮਿਲੀ ਹੈ, ਕੀ ਮਸਲਾ ਕੀ ਹੈ ਜੀ? ਜਿਵੇਂ ਕੱਲ੍ਹ 27/6/24 ਦੀ ਇੱਕ ਦਰਖਾਸਤ ਮਿਲੀ ਥਾਣੇ ਚੌਂਕੀ ਵਸੂਲ ਹੋਈ ਅਤੇ ਗੁਰਪ੍ਰੀਤ ਸਿੰਘ ਸਾਨੂੰ ਨਿਸ਼ਾਨ ਸਿੰਘ ਵਾਸੀ ਪਿੰਡ ਮੰਗੀਆ, ਜੋ ਆਰਮੀ 'ਚ ਨੌਕਰੀ ਕਰਦਾ ਘਰੋਂ ਗੋਮੇ ਕੱਲ ਦਾ, ਜਿਹਦੀ ਹੁਣ ਤੱਕ ਭਾਲ ਕਰਦੇ ਰਹੇ। ਅੱਜ ਸਾਨੂੰ ਪਤਾ ਲੱਗਾ ਵੀ ਇਹਦੀ ਇੱਥੇ ਸੱਕੀ ਨਾਲੇ ਤੋਂ ਡੈੱਡ ਬਾਡੀ ਮਿਲੀ। ਤਾਂ ਸਰ ਕੀ ਮੌਤ ਦਾ ਕਾਰਨ ਕੀ ਲੱਗਦਾ ਜੀ? ਅਜੇ ਕੁਝ ਤਫਤੀਸ਼ ਚੱਲ ਰਹੀ ਆ, ਜੋ ਸਾਹਮਣੇ ਤੱਥ ਹੋਣਗੇ ਤੁਹਾਨੂੰ ਕਾਰਵਾਈ ਮਿਲ ਜਾਊਗੀ। ਸਰ ਪਰਿਵਾਰ ਵੱਲੋਂ ਖਾਸਾ ਜਿਤਾਇਆ ਜਾ ਰਿਹਾ ਕਿ ਜੋ ਜਿਹਦੇ ਨਾਲ ਆਇਆ ਕਿ ਉਦੋਂ ਉਹਨੇ ਕੁਝ ਕੀਤਾ ਕਿ ਇੱਦਾਂ ਹੈ ਲੱਗਦਾ ਤਾਂ ਫਿਲਹਾਲ ਅਜੇ ਕੋਈ ਬਿਆਨ ਨਹੀਂ ਲਿਖਾਇਆ, ਜੇ ਬਿਆਨ ਦਰਜ ਕਰੋਗੇ ਤਾਂ ਮੁਤਾਬਕ ਤਫਤੀਸ਼ ਜਾਊਗਾ, ਉਦੋਂ ਬਾਅਦ ਕਾਰਵਾਈ ਕੀਤੀ ਜਾਊਗੀ। ਸਰ ਪੋਸਟਮਾਰਟਮ ਕਰਵਾਇਆ ਜਾ ਰਿਹਾ? ਬਿਲਕੁਲ, ਪੋਸਟਮਾਰਟਮ ਕਰਵਾਵਾਂਗੇ।